हिमाचल प्रदेश ਚ ਲੈਂਡਸਲਾਈਡਿੰਗ ਹੋ ਰਹੀ ਹੈ ਇਹ ਤਸਵੀਰਾਂ Shimla-Kalakar National Highway 5 ਦੀਆਂ ਨੇ ਜਿੱਥੇ ਹਾਲ ਹੀ ਦੇ ਵਿੱਚ ਲੈਂਡਸਲਾਈਡ ਹੋਈ ਲੈਂਡਸਲਾਈਡਿੰਗ ਕਾਰਨ ਨੈਸ਼ਨਲ ਹਾਈਵੇ ਬੰਦ ਹੋ ਚੁੱਕਿਆ ਹੈ ਤੇ ਆਵਾਜਾਈ ਪੂਰੇ ਤਰੀਕੇ ਦੇ ਨਾਲ ਠੱਪ ਹੈ ਹਾਲਾਂਕਿ ਬਦਲੇ ਰਸਤੇ ਰਾਹੀ ਵਾਹਨਾਂ ਨੂੰ ਨਦੀ ਮੰਜ਼ਲ ਤੇ ਪਹੁੰਚਾਇਆ ਜਾ ਰਿਹਾ ਹੈ ਪ੍ਰਸ਼ਾਸਨ ਮੁਤਾਬਕ ਰਾਹਤ ਕਾਰਜ ਚੱਲ ਰਹੇ ਨੇ ਤੇ ਰਸਤਾ ਆਵਾਜਾਈ ਦੇ ਲਈ ਖੁੱਲਣ ਚ ਸਮਾਂ ਲੱਗ ਸਕਦਾ ਹੈ